السلام علیکم دوستو میں تھوڑا بے اجمل شاہ ویختے پہ اجمل ٹی وی حاصل پور جناب بائیں سے چھ بکرے جناب لے کے حاضر ہیں ماشاء اللہ دندے کھسی جناب بکرے ماشاء اللہ بہت ہی پیارے جناب چیزاں تے بالکل مناسب ریٹ ہے جناب جناب بائیں ہمیشہ طرح متسلینا چیک کرا دینا جنہیں دوستو سارے چینل سبسکرائب نہیں کیتا اجمل ٹی وی سبسکرائب کر دیو نال گنڈن دباؤ تاکہ ساری ہر اس طرح دی نویں ویڈیو بائیں تک سب پہلے پہنچے ਜਿਨਾ ਮਾਸ਼ਾਅੱਲਾ ਤਕਰੀਬਨ ਇੱਕੇ ਘਰ ਦੇ ਬੱਕਰੇ ਨੇ ਮਾਸ਼ਾਅੱਲਾ ਘਰ ਦੇ ਨੇ ਕੋਈ ਮੰਡੀ ਦਾ ਜਾਨਵਰ ਨਹੀਂ ਇੱਕੇ ਘਰ ਦਾ ਜਨਾਬ ਇੱਕੇ ਘਰ ਪੱਲੇ ਹੋਏ ਨੇ ਮਾਸ਼ਾਅੱਲਾ ਤੇ ਸਾਰੇ ਵੀ ਜਨਾਬ ਤਾਜ਼ੇ ਦੋ ਦੰਦ ਹੋ ਰਹੇ ਹਨ ਯਾਨੀ ਕਿ ਫ੍ਰੈਸ਼ ਦੋ ਦੰਦ ਕੋਈ ਦੋ ਦੰਦ ਕੱਢ ਰਹੀ ਹੈ ਯਾਨੀ ਕਿ ਇਹ ਦੋ ਦੰਦ ਪੂਰੇ ਕਰ ਰਹੀ ਹੈ ਯਾਨੀ ਕਿ ਇਸ ਤਰ੍ਹਾਂ ਨਹੀਂ ਕਿ ਚੌਕਾ ਛਿਗੇ ਨਹੀਂ ਯਾਨੀ ਬਿਲਕੁਲ ਨਹੀਂ ਇਹ ਕੋਈ ਖੀਰਾ ਤਾਂ ਨਹੀਂ ਕੋਈ ਨਾ ਚੌਕਾ ਛਿਗਾ ਸਾਰੇ ਮਾਸ਼ਾਅੱਲਾ ਦੁੰਦੇ ਖਸੇ ਜਨਾਬ ਬੱਕਰੇ ਬਾਹਰ ਮਤਸਲੀਨਾ ਚੈੱਕਰਾ ਦੇਣਾ ਤੇ ਇਹ ਜਨਾਬ ਪਹਿਲੇ ਤੁਹਾਨੂੰ ਚਲਾ ਫਿਰਾ ਕੇ ਚੈੱਕ ਕਰਾ ਦੇਣਾ ਬਾਕੀ ਇੱਕ ਇੱਕ ਕਰਕੇ ਚੈੱਕ ਕਰਾ ਦੇਣਾ ਮਾ اے پہلے نمبر دے ماشاءاللہ آ بہت ہی ماشاءاللہ پیارا بکرا ماشاءاللہ بہت ہی پیارا بکرا جناب وزن دا میکسیمم جناب سٹھ کے جی ماشا زندہ وزن ہے اس ٹائم تقریباً سٹھ کے جی یعنی کہ ٹوٹل بکرے نا ماشاءاللہ تقریبا نا چھ بکرے انہیں میکسیمم وزن جناب پناہ تو پچونجہ کلو میکسیمم وزن ہے جا موٹے تازے ایکٹو بکرے ماشاءاللہ جناب چیک کر سکتے ہیں پشامین دی ماشاءاللہ اور فیس بھی ماشاءاللہ بہترین ਕਿਉਂਕਿ ਖੂਬਸੂਰਤ ਹੋਣੀ ਚੀਜ਼ ਵੀ ਜ਼ਰੂਰੀ ਹੈ ਮਾਸ਼ਾਅੱਲਾ ਖੂਬਸੂਰਤ ਵੀ ਨਾਲ ਇਹਨਾਂ ਪੈ ਔਰ ਮੋਟੇ ਤਾਦੇ ਔਰ ਦੋਹਾਂ ਦਾਦੇ ਤੇ ਇਹ ਵੇਖੋ ਇੱਕ ਦਾੰਦਾ ਜੀ ਕੱਟਾ ਦੂਸਰਾ ਦਾੰਦ ਵੀ ਨਹੀਂ ਕੱਟਿਆ ਯਾਨੀ ਕਿ ਫ੍ਰੈਸ਼ ਦੋ ਦਾੰਦ ਜੀ ਜਨਾਬ ਇਹ ਮਾਸ਼ਾਅੱਲਾ ਜਨਾਬ ਪਹਿਲੇ ਨੰਬਰ ਤੇ ਆ ਗਿਆ ਪੂਰੀ ਲਾਟਲੇ ਸੋ ਪੂਰੀ ਲਾਟ ਮਿਲ ਜਾਂਦੀ ਸੀ ਅਗਰ ਇੱਕ ਇੱਕਲੇ ਸੋ ਇੱਕ ਇੱਕ ਵੀ ਜਨਾਬ ਤਨ ਮਿਲ ਜਾਂਦੀ ਸੀ ਮਾਸ਼ਾਅੱਲਾ ਜਨਾਬ ਦੂਸਰੇ ਨੰਬਰ ਤੇ ਆ ਗਿਆ ਬਹੁਤ ਹੀ ਮਾਸ਼ਾਅੱਲਾ ਪਿਆਰੇ ਚੀਜ਼ਾਂ ਜਨਾਬ ਰੰਗਦਾਰ ਬਕਰੇ ਮਾਸ਼ਾਅੱਲਾ ਖੱਟੇ ਮੱਖੀ ਜੀ ਨੇ ਰੰਗ ਔਰ ਕਲਰ ਵੀ ਮਾਸ਼ਾਅੱਲਾ تو جناب دوسرے نمبر سے چیک کرو بہت پیاری چیز ہے ماشاء اللہ ماشاء اللہ ہمیشہ اچھی چیزیں مناسب ریٹ اجمل گوٹ فارم لبدین جناب باقی ماشاء اللہ جی سامت چیک کر لو بہترین سامت فیس بھی ماشاء اللہ بہت پیارا جناب لمبے کرنا چاہے منہ بھی دو داند صحیح طرف تازہ دو دند دند داند کلوتے ہیں جناب صحیح طرف خا تازہ دند کھیلوتے ہیں یعنی پورا دو داند بھی نہیں ہوا جی تازہ دو, دو, دو کا ہو رہی ہے ماشاء اللہ دوسرے نمبر تے یہ چیز آ جناب ਮਾਸ਼ਾਅੱਲਾ ਤੀਸਰੇ ਨੰਬਰ ਤੇ ਆ ਗਿਆ ਦੋ ਦਾੰਦ ਖੱਸੀ ਬੱਕਰਾ ਮਾਸ਼ਾਅੱਲਾ ਲੰਬਾਈ ਕਲਰ ਕਾਤ ਮਾਸ਼ਾਅੱਲਾ ਬੜਾ ਪਿਆਰਾ ਸੋ ਤੇ ਮਾਸ਼ਾਅੱਲਾ ਤਕਰੀਬਨ ਮੈਕਸਿਮਮ ਵਜ਼ਨ ਬਾਈ ਮਦਰਸਾ ਕੇ 55 50 55 ਕੇਜੀ ਜਨਾਬ ਪਰਫੈਕਟ ਵਜ਼ਨ ਹੈ ਇਨਸ਼ਾਅੱਲਾ ਅੱਲਾ ਦੇ ਹੁਕਮ ਜਿਹੜੀ ਗੱਲ ਕਰਸੋ ਉਹ ਹੀ ਹੋਸੀ ਹੁਣ ਦੱਸਣ ਨੂੰ ਦੋਨ 65 70 ਕਿਲੋ ਦੱਸ ਸਕੇ ਲੇਕਿਨ ਫਾਇਦਾ ਨਹੀਂ ਜਿਹੜਾ ਵਜ਼ਨ ਇਹਦਾ ਇਸ ਟਾਈਮ ਮੌਜੂਦ ਹੈ ਜਨਾਬ ਉਹ ਹੀ ਬਾਈ ਦੱਸਣਾ ਤੇ ਬਾਕੀ ਮਾਸ਼ਾਅੱਲਾ ਖੂਬਸੂਰਤ ਚੀਜ਼ਾਂ ਵੀ ਹਨ ਮੋਟੇ ਤਾਜ਼ੇ ਵੀ ਹਨ ਹਰ ਪੁਆਇੰਟ ਐਲੋ ਵੀ ਪੂਰੇ ਹਨ ਤੇ ਮਾਸ਼ਾਅੱਲਾ ਕਿਉਂਕਿ ਸੋਹਣੀ ਚੀਜ਼ ਦੀ ਕੁਰਬਾਨੀ ਹੁੰਦੀ ਹੈ ਤੇ ਮਾਸ਼ਾਅੱਲਾ ਇਹਦਾ ਮੂੰਹ ਵੀ ਪਾੜ ਕੇ ਚੈੱਕ ਕਰ ਤਾਜ਼ਾ ਦੋ ਦੰਦ ਜਨਾਬ ਚੈੱਕ ਕਰੋ ਤਾਜ਼ਾ ਦੋ ਦੰਦ ਯਾਨੀ ਕਿ ਪੂਰੇ ਦੋ ਦੰਦ ਵੀ ਨਹੀਂ ਹੋਇਆ ਫਿਲਹਾਲ ਇਹ ਆ ਗਿਆ ਤੀਸਰੇ ਤੇ ਚੌਥੇ ਤੇ ਆ ਗਿਆ ਜਨਾਬ ਚਾਰ ਨੰਬਰ ਜਨਾਬ ਇਹ ਕੰਧ ਬੜਾ ਖਾਇ ਦੇਣਾ ਮਾਸ਼ਾਅੱਲਾ ਬਿਹਤਰੀਨ ਮੋਟਾ ਤਾਜ਼ਾ ਬੱਕਰਾ ਜਾਨੀ ਕਰਾਂ ਕੰਧ ਨਹੀਂ ਫਦੇਂਦਾ ਕਿਉਂਕਿ ਇਹ ਜਿਹੜੇ ਬੱਕਰੇ ਜਨਾਬ ਜਿਹੜੇ ਛੂੜੇ ਰਹਿੰਦੇ ਨਾ ਤੇ ਕੰਧ ਕਈ ਕਈ ਬੱਕਰੇ ਬਹੁਤ ਜ਼ਿਆਦਾ ਖਾਇ ਦੇਣ ਤੇ ਇਹ ਵੀ ਜਨਾਬ ਮਾਸ਼ਾਅੱਲਾ ਦੋ ਦੰਦ ਖੱਸੀ ਬੱਕਰਾ ਤੇ ਇਹ ਵੀ ਤਕਰੀਬਨ ਇਹਦਾ ਵਜ਼ਨ ਵੀ ਜਨਾਬ 55 ਯਾਨੀ 55 ਤੋਂ ਸ਼ਾਇਦ ਨਹੀਂ ਹੁੰਦਾ 50 ਆਪਲ ਬਿਲਕੁਲ ਗਈ 50 ਤੋਂ ਕਿਲੋ ਵਾਧ ਵੀ ਸਕਦਾ ਘਾਟ ਵੀ ਸਕਦਾ ਜਿਹੜਾ ਇਹ ਬਕਰਾ ਤਕਰੀਬ ਲਾਲ ਜਿਹੜਾ ਹੈ ਨਾ ਸਾਰਾ ਦਾ ਹੌਲਾ ਹੀ ਪਿਆ ਇਹ ਕਾਲਾ ਮੱਖੀ ਚੀਨਾ ਮਾਸ਼ਾਅੱਲਾ ਆ ਗਿਆ ਜਨਾਬ ਬਹੁਤ ਪਿਆਰਾ ਬਕਰਾ ਮਾਸ਼ਾਅੱਲਾ ਬਹੁਤ ਹੀ ਪਿਆਰੀ ਚੀਜ਼ ਹੈ ਜਨਾਬ ਇਹਦਾ ਵਜ਼ਨ ਵੀ ਤਕਰੀਬਨ ਮੇਰੇ ਖਿਆਲ ਹੈ ਜੇ 50 ਤੋਂ ਪਲਾਸ ਹੀ ਹੈ 50 52 53 ਕਿਲੋ ਵਜ਼ਨ ਹੈ ਆਰਾਮ ਨਾਲ ਜਨਾਬ ਤੇ ਇਹਦੀ ਕਲਰ ਲੰਬਾਈ ਮਾਸ਼ਾਅੱਲਾ ਬਹੁਤ ਪਿਆਰੀ ਹੈ ਜਨਾਬ ਬਹੁਤ ਹੀ ਪਿਆਰਾ ਕਲਰ ਹੈ ਸੁ ਮਾਸ਼ਾਅੱਲਾ ਇਹ ਜਨਾਬ ਚੈੱਕ ਖਾਣ ਪੀਣ ਵਾਲੇ ਹਾਲੇ ਵੀ ਜਵਾਰ ਖਵਾਰ ਹੈ ਨਾ ਜਨਾਬ ਇਹ ਇਹ ਵੀ ਮਾਸ਼ਾਅੱਲਾ ਬਿਲਕੁਲ ਖਾਰਨ ਸ਼ੌਂਕ ਦੇ ਮੂੰਹ ਪੜ ਕੇ ਚੈੱਕ ਕਰਾ ਦੇਣਾ ਭਾਈ ਦੋ ਦੰਦ ਚੈੱਕ ਕਰ ਸਕਦੇ ਨੇ ਬਾਕੀ ਜਨਾਬ ਮੇਰੀ ਗਾਰੰਟੀ ਐ ਸੇ ਦੋ ਦੰਦ ਇਹ ਆ ਗਿਆ ਮਾਰਾ ਭਾਈ ਪੰਜਵੇਂ ਨੰਬਰ ਤੇ 6 ਮੇ ਤੇ ਆਖਰੀ ਨੰਬਰ ਜਨਾਬ ਇਹ ਬੱਕਰਾ ਆ ਗਿਆ ਮਾਸ਼ਾਅੱਲਾ ਖੱਟਾ ਮੱਖੀ ਜਨਾਬ ਇਹਦੀ ਵੀ ਲੰਬਾਈ ਕਲਰ ਕਦ ਚੈੱਕ ਕਰ ਲਓ ਬਿਹਤਰੀਨ ਇਹਦਾ ਵਜ਼ਨ ਵੀ ਜਨਾਬ 55 ਪਲੱਸ ਜਨਾਬ ਤੇ ਜਿਸਮਤ ਬੜੀ ਮਾਸ਼ਾਅੱਲਾ ਪਿਆਰੀ ਸਿ ਜਨਾਬ ਬਿਹਤਰੀਨ ਅਗਰ ਹੇਕਲੇ ਸੋ ਜਨਾਬ ਵੇਚ ਕਿਸੇ ਦਾ ਰੇਟ ਜ਼ਿਆਦਾ ਵੀ ਹੈ ਕਿਸੇ ਦਾ ਘਟ ਵੀ ਹੈ ਕਿਉਂਕਿ ਵਜ਼ਨ ਦੇ ਹਿਸਾਬ ਨਾਲ ਜਿਹੜਾ 60 ਕਿਲੋ ਵਾਲਾ ਉਹਦਾ ਜਨਾਬ ਥੋੜਾ ਰੇਟ ਜ਼ਿਆਦਾ ਉਸ ਜਿਹੜਾ 50 ਤੋਂ 50 ਕਿਲੋ ਵਾਲਾ ਉਹਦਾ ਰੇਟ ਜਨਾਬ ਹੋਰ ਅਸੀਂ ਹੇਕ ਦਾਨ ਦੇ ਵੀ ਜਨਾਬ ਮਾਸ਼ਾਅੱਲਾ ਕੱਢੀ ਖਲੋਤਾ ਯਾਨੀ ਕਿ ਦੋ ਦਾਨ ਵੀ ਪੂਰਾ ਨਹੀਂ ਹੋਇਆ ਇੱਕ ਦਾਨ ਕੱਢੀ ਖਲੋਤਾ ਦੋ ਦਾਨ ਹੋ ਰਹੀ ਹੈ ਤੇ ਮਾਸ਼ਾਅੱਲਾ ਬਿਹਤਰੀਨ ਚੀਜ਼ ਹੈ ਜਨਾਬ ਤੇ کوشش ہوتی اچھی چیزیں مناسب ریٹ بائن د بھی ہے ان شاء اس طرح کے یعنی معیاری بکرے ہو ماشاء اللہ چلا پھرا کے جناب نوک صاحب کسی قسم کا میری ذمے واری ہر طرح کی ذمہ داری ہوتی ہے جناب کسے کم کان کٹا ہوں یا کوئی مسئلہ مسلحت ہوتا قربانی کے متعلق وہ انشاءاللہ شاء اللہ ذمے داری زندگی بہت رابطہ واسطے باقی نوک صاحب کسے قسم کا ہوتی وہی میری ذمہ داری اس ہر طرح کی ریٹ بائن داس کے جناب پچونجہ پچوجہ ہزار یہاں ریٹ سی پچونجا پچوجہ ہزار سے پچون جا پچون جا پچون جا نمبر سکرین دے کال نمبر بھی ہے واٹسپ بھی اسی نمبر پہ میرا بھائی رابطہ کر سکتے ہیں Allah Hafiz